ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੇਰਾ ਨਾਮ ਜਸਪਿੰਦਰ ਰੰਧਾਵਾ ਤੇ ਮੇਰਾ ਯੂਟਿਊਬ ਚੈਨਲ ਵੇਖ ਰਹੇ ਹੋ ਕੀ ਨਾਮ ਹੈਗਾ ਨਾਮ ਜੇ ਤਾਂ ਭੁੱਲ ਗਿਆ ਨਿਊ ਨਾਮ ਰੱਖਿਆ ਨਾ ਮੈਂ ਤੇ ਹਾਂ ਤੁਸੀਂ ਮੇਰਾ ਯੂਟਿਊਬ ਚੈਨਲ ਦੇਖ ਰਹੇ ਹੋ ਏਰੀਆ ਵਾਈਜ਼ ਵਲੋਗਿੰਗ ਤੇ ਮੈਨੂੰ ਮੰਗਵਾਏ ਨੂੰ ਮੈਂ ਔਨਲਾਈਨ ਮੰਗਵਾਇਆ ਵਾ ਤਾਂ ਮੈਨੂੰ ਮੰਗਵਾਏ ਨੂੰ ਹੋ ਗਏ ਨੇ 3 ਤੋਂ 4 ਦਿਨ ਤੇ ਵੇਖੋ ਕਦੋਂ ਹੁੰਦਾ ਆ ਕੀ ਮੰਗਵਾਇਆ ਇਹ ਤੁਹਾਨੂੰ ਅੱਗੇ ਪਤਾ ਲੱਗੂਗਾ ਤਾਂ ਹਜੇ 1-2 ਦਿਨ ਹੋਰ ਲੱਗਣੇ ਆ ਤੇ ਮੈਂ ਸਕਦੇ ਹਾਂ ਸ਼ੇਰੂ ਨੂੰ ਸੈਰ ਕਰਾਉਣ ਸ਼ਾਮ ਦਾ ਟਾਈਮ ਆ ਪਤਾ ਨਹੀਂ ਟਾਈਮ ਕੀ ਹੋਇਆ ਵਾ 4 ਵੱਜ ਗਏ ਹੋਣੇ ਆ ਔਨਲਾਈਨ ਮੈਂ ਉਹ ਚੀਜ਼ ਮੰਗਵਾਈ ਹੈ ਮੈਂ ਐਮਾਜ਼ੋਨ ਫਲਿੱਪਕਾਰਟ ਤੋਂ ਨਹੀਂ ਮੰਗਵਾਉਂਦਾ ਕਿਉਂਕਿ ਯਾਰ ਭਰੋਸਾ ਨਹੀਂ ਆਇਆ ਉਹਦੇ ਉੱਤੇ ਠੀਕ ਹੈ ਮੈਂ ਕੋਈ ਹੋਰ ਵੈਬਸਾਈਟ ਤੋਂ ਮੰਗਵਾਇਆ ਕੋਈ ਐਪ ਨਹੀਂ ਹੈਗਾ ਵੈਬਸਾਈਟ ਆ ਇਹ ਮੈਂ ਤੁਹਾਨੂੰ ਅੱਗੇ ਦੱਸਾਂਗਾ ਜਦੋਂ ਉਹ ਚੀਜ਼ ਆ ਜਾਏਗੀ ਜੇ ਤੁਸੀਂ ਬਾਏ ਕਰਨੀ ਹੋਵੇ ਤਾਂ ਮੈਂ ਲਿੰਕ ਡਿਸਕ੍ਰਿਪਸ਼ਨ 'ਤੇ ਦੇ ਦਾਂਗਾ ਉਹ ਵੈਬਸਾਈਟ ਤੋਂ ਤੁਸੀਂ ਬਾਏ ਕਰ ਸਕਦੇ ਜੈਨੂਇਨ ਚੀਜ਼ਾਂ ਮਿਲਦੀਆਂ ਨੇ ਉਹ ਵੈਬਸਾਈਟ ਬਾਕੀ ਹੁਣ ਅਜੇ 1-2 ਦਿਨ ਹੋਰ ਲੱਗਣੇ ਆ ਬਾਕੀ ਜਦੋਂ ਆਊਗੀ ਇੰਤਜ਼ਾਰ ਮੈਂ ਕਰਨਾ ਇੰਤਜ਼ਾਰ ਤੁਸੀਂ ਨਹੀਂ ਕਰਨਾ ਮੈਂ ਤੁਹਾਨੂੰ ਅੱਗੇ ਵਲੋਗ ਕੰਟੀਨਿਊ ਕਰਦਾ ਹਾਂ ਅਤੇ ਤੁਹਾਨੂੰ ਮਿਲਦਾ 1-2 ਦਿਨ ਬਾਅਦ ਜਦੋਂ ਵੀ ਉਹ ਚੀਜ਼ ਆਉਂਦੀ ਹੈ ਮੇਰੇ ਮੂੰਹ 'ਚ ਨਿਕਲ ਜਾਣ ਲੱਗਾ ਸੀਗਾ ਅਤੇ ਉੱਥੇ ਮੈਂ ਤੁਹਾਨੂੰ ਕੰਟੀਨਿਊ ਕਰ ਦਿੰਦਾ ਹਾਂ ਸੋ ਮਿਲਦੇ 1-2 ਦਿਨ ਬਾਅਦ ਅਤੇ ਜਿਹਨੇ ਇੰਸਟਾਗ੍ਰਾਮ 'ਤੇ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਯੂਜ਼ਰ ਨੇਮ ਆਉਣ ਡਿਆ ਹੋਣਾ ਸਕਰੀਨ ਦੇ ਉੱਪਰ ਅਤੇ ਲਿੰਕ ਡਿਸਕ੍ਰਿਪਸ਼ਨ 'ਚ ਵੀ ਹੈਗਾ ਇੰਸਟਾਗ੍ਰਾਮ ਦਾ ਕਰ ਲਿਓ ਫੋਲੋ ਦੱਬ ਕੇ ਚਲੋ ਬਹੁਤ ਹੋ ਗਿਆ ਭਾਸ਼ਣ ਮਿਲਦੇ 1-2 ਦਿਨ ਬਾਅਦ ਆ ਜਾ ਅਤੇ ਫਾਈਨਲੀ ਯਾਰ ਇੰਤਜ਼ਾਰ ਖਤਮ ਹੋ ਚੁੱਕਿਆ ਜੋ ਚੀਜ਼ ਮੈਂ ਮੰਗਵਾਈ ਸੀ ਉਹ ਮੇਰੇ ਕੋਲ ਆ ਚੁੱਕੀ ਆ ਅਤੇ ਮੈਂ ਤੁਹਾਨੂੰ ਪੂਰੀ ਮਤਲਬ ਉਹ ਚੀਜ਼ ਤੁਹਾਨੂੰ ਪਹਿਲਾਂ ਵਿਖਾਉਂਦਾ ਆ ਫਿਰ ਤੁਹਾਨੂੰ ਥੋੜ੍ਹੇ ਬਹੁਤੇ ਫੀਚਰਸ ਮੈਂ ਤੁਹਾਨੂੰ ਦੱਸਾਂਗਾ ਜਿੰਨੇ ਕੁ ਮੈਨੂੰ ਪਤਾ ਹੈ ਅਤੇ ਵੇਖੋ ਜੋ ਚੀਜ਼ ਮੈਂ ਲੈ ਕੇ ਆਇਆ ਵਾਂ ਅਤੇ ਮਤਲਬ ਕਿ ਯਾਰ ਮੈਂ ਐਪਲ ਦੀ ਜਿਹੜੀ ਆ ਵੋਚ ਮੰਗਵਾਈ ਸੀ ਅਤੇ ਮੈਨੂੰ ਇਹ ਪੈ ਗਈ ਆ 16,000 ਦੀ 16,000 ਅਤੇ ਆ ਰਹੀ ਵੋਚ ਦੇਖ ਸਕਦੇ ਹੋ ਤੁਸੀਂ ਦੇਖੋ ਪਹਿਲਾਂ ਅਤੇ ਯਾਰ ਮਤਲਬ ਕਿ ਇਹਦੇ ਵਿੱਚ ਬਹੁਤ ਸਾਰੇ ਅਲੱਗ ਅਲੱਗ ਡਾਇਲਸ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਵਿਖਾਏ ਯਾਰ ਮੈਂ ਔਨਲਾਈਨ ਅਰਨਿੰਗ ਕਰਕੇ ਜਿਹੜੀ ਆ ਵੋਚ ਬਾਏ ਕੀਤੀ ਹੈ ਅਤੇ ਇਹਦੇ ਉੱਪਰ ਮੈਂ ਟੈਂਪਰ ਵੀ ਲਗਵਾਇਆ ਵਾ ਅਤੇ ਇਹਦਾ ਜਿਹੜਾ ਟੈਂਪਰ ਹੈ ਇਹ ਫੋਨ ਦੇ ਟੈਂਪਰ ਦੇ ਨਾਲੋਂ ਮਹਿੰਗਾ ਆ ਫੋਨ ਦਾ ਆਉਂਦਾ ਚੋਰ ਬਾਜ਼ਾਰ ਦੇ 'ਚੋਂ ਹੀ ਲਗਵਾ ਲੈਂਦੇ ਹਾਂ 50 ਰੁਪਏ ਦਾ 40 ਰੁਪਏ ਦਾ ਬਟ ਇਹਦਾ ਜਿਹੜਾ 200 ਰੁਪਏ ਦਾ ਆਇਆ ਟੈਂਪਰ ਲੱਗਾ ਹੋਇਆ ਵੇਖੋ ਇਹ ਵਿੱਚ ਇਹ ਬੋਕਸ ਤੋਂ ਨਿਕਲਿਆ ਸੀਗਾ ਟੈਂਪਰ ਅਤੇ ਮੈਂ ਔਨਲਾਈਨ ਚੈੱਕ ਕੀਤਾ ਕਿ ਟੈਂਪਰ ਕਿੰਨੇ ਦਾ 200 ਲਿਖਿਆ ਸੀਗਾ ਅਤੇ ਬਾਕੀ ਟੈਂਪਰ ਮੈਂ ਖੁਦ ਹੀ ਲਾਇਆ ਵਾ ਵੋਚ ਦੇ ਉੱਪਰ ਤਾਂ ਹੀ ਇਸ ਕਰਕੇ ਜਿਹੜਾ ਵੇਖੋ ਇਹਦੇ ਉੱਪਰ ਬਬਲਸ ਰਹਿ ਗਏ ਥੋੜ੍ਹੇ ਜਿਹੇ ਚੈੱਕ ਕਰੋ ਥੋੜ੍ਹੇ ਜਿਹੇ ਬਬਲਸ ਹੈਗੇ ਆ ਚੈੱਕ ਕਰੋ ਅਤੇ ਇਹ 2 ਦਿਨ ਬਾਅਦ ਇਹ ਚੀਜ਼ ਜਿਹੜੀ ਮੇਰੇ ਕੋਲ ਆਈ ਹੈ ਅਤੇ ਇਹਦਾ ਤੁਹਾਨੂੰ ਪਤਾ ਮੈਂ ਔਨਲਾਈਨ ਮੰਗਵਾਈ ਅਤੇ ਇਹਦਾ ਕੋਈ ਬਿੱਲ ਵਗੈਰਾ ਨਹੀਂ ਹੈਗਾ ਸੋ ਕੀ ਕਰ ਸਕਦੇ ਨਹੀਂ ਹੈਗਾ ਤਾਂ ਵੋਚ ਹੀ ਆ ਬਾਕੀ ਮੈਂ ਤੁਹਾਨੂੰ ਬੋਕਸ ਵਿਖਾਉਂਦਾ ਹਾਂ ਬੋਕਸ ਦੇ ਵਿੱਚੋਂ ਕੀ ਨਿਕਲਦਾ ਹੈ ਤੁਹਾਨੂੰ ਸਾਰਾ ਕੁਝ ਵਿਖਾਉਂਦਾ ਅਤੇ ਜਿਹੜਾ ਇਹਦਾ ਸਟਰੈਪ ਆ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਦਾ ਅਤੇ ਇਹਦੇ ਵਿੱਚ ਮੈਂ ਦੂਸਰਾ ਸਟਰੈਪ ਲਾਉਣਾ ਜਿਹੜਾ ਹੁੰਦਾ ਨਹੀਂ ਸਰਕਲਸ ਵਾਲਾ ਵਾਈਟ ਕਲਰ ਦਾ ਉਹ ਵਾਲਾ ਇਹਦੇ ਚਲਾਵਾਂਗੇ ਉਹ ਘੈਂਟ ਲੱਗਦਾ ਹੈ ਬਹੁਤ ਯੂਨੀਕ ਜਿਹਾ ਫੰਕੀ ਜਿਹਾ ਲੱਗਦਾ ਉਹ ਸਟਰੈਪ ਜਿਹੜਾ ਅਤੇ ਮੈਂ ਤੁਹਾਨੂੰ ਉਹਦੇ ਬੋਕਸ ਦੇ ਵਿੱਚ ਵਿਖਾਉਂਦਾ ਕੀ ਜਿਹਾ ਨਿਕਲਿਆ ਇਹਦੇ ਵਿੱਚੋਂ ਕਿਸ ਤਰ੍ਹਾਂ ਦਾ ਵਾਇਰਲੈਸ ਚਾਰਜਰ ਆ ਜਾਂ ਦੂਸਰਾ ਪਿੰਨ ਵਾਲਾ ਚਾਰਜਰ ਤੁਹਾਨੂੰ ਸਾਰਾ ਕੁਝ ਵਿਖਾਉਂਦਾ ਸੋ ਬੋਕਸ 1 ਮਿੰਟ ਪਹਿਲਾਂ ਤਾਂ ਮੈਨਿਊ ਨਿਕਲਦਾ ਇਹਦੇ ਵਿੱਚੋਂ ਇਹਦੇ ਵਿੱਚ ਬਾਕੀ ਇਹਦੇ ਵਿੱਚ ਚਾਰਜਰ ਵਾਇਰਲੈਸ ਹੈ ਇਹ ਸਿਮ ਨੂੰ ਖੋਲ੍ਹ ਕੇ ਵਿਖਾਉਂਦਾ ਆ ਦੇਖੋ ਚਾਰਜਰ ਦਾ ਵਾਇਰਲੈਸ ਹੈ ਜਿਹੜੇ 2 ਜਿਹੜੀ ਵਿੱਚ ਆ ਬਿੰਦੀਆਂ ਤੁਹਾਨੂੰ ਦਿਖਾਈ ਦੇ ਜਿਹੜੀਆਂ ਇਹ ਲੱਗਣੀਆਂ ਵੋਚ ਦੇ ਵਿੱਚ ਅਤੇ ਵਾਇਰਲੈਸ ਚਾਰਜਰ ਆ ਆਪਣੇ ਚਾਰਜ ਹੁੰਦਾ ਰਹਿਣਾ ਬਸ ਇਹੋ ਚੀਜ਼ਾਂ ਨਿਕਲੀਆਂ ਨੇ ਅਤੇ ਵੋਚ ਹੀ ਵਿੱਚ ਸਟਰੈਪ ਵੱਖਰੇ ਸੀਗੇ ਅਤੇ ਡਾਇਲ ਵੱਖਰਾ ਹੀ ਉਹ ਮੈਂ ਜੋੜ ਲਿਆ ਨਾਲ ਹੀ ਬਸ ਇਹੋ ਹੀ ਸੀਗੀਆਂ ਚੀਜ਼ਾਂ ਬਾਕੀ ਇਕੱਠਾ ਕਰਦੀ ਹੁੰਦਾ ਕੁਛ ਚਾਹੀਦੀ ਤਿਆਰ ਵੈਸੇ ਗੋਲਡਨ ਸੀਗੀ ਮੈਨੂੰ ਬਟ ਜਦੋਂ ਮੈਂ ਕਰ ਲਈ ਸੀ ਬੁੱਕ ਜਦੋਂ ਮੈਂ ਕਰ ਲਿਆ ਔਡਰ ਤਾਂ ਉਦੋਂ ਮੈਨੂੰ ਚੇਤਾ ਯਾਰ ਗੋਲਡਨ ਮੰਗਵਾਉਣੀ ਚਾਹੀਦੀ ਸੀ ਚਲੋ ਕੋਈ ਗੱਲ ਨਹੀਂ ਜਿਹੜੀ ਆ ਗਈ ਸਹੀ ਹੈ ਬਲੈਕ ਆ ਕਿਹੜਾ ਸੀਗਾ ਬਲੈਕ ਹਾਂਜੀ ਮੈਟ ਬਲੈਕ ਜਿਹੜਾ ਕਲਰ ਆ ਗਿਆ ਚਲੋ ਕੋਈ ਗੱਲ ਨਹੀਂ ਚਲੋ ਯਾਰ ਮਿਲਦੇ ਨੈਕਸਟ ਵਲੌਗ ਦੇ ਚਾਹੀਦੇ ਸੀਗਾ ਛੋਟਾ ਜਿਹਾ ਵਲੌਗ ਜੇ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਕਰ ਦਿਓ ਸਟਿਲ ਦੈਨ ਟੇਕ ਕੇਅਰ ਬਾਏ